ਠੀਕ ਹੈ, ਕਿੰਨੇ ਕੁ ਦਾ ਇੱਕ ਨਿਕਲ ਜਾਂਦਾ ਹੈ? ਨਿਕਲ ਜਾਂਦਾ ਜੀ ਕੋਈ 2-3 ਲੱਖ ਰੁਪਈਆ। 2-3 ਲੱਖ ਰੁਪਈਆ ਦੇ ਜਾਂਦਾ ਇੱਕ ਵੱਛਾ। ਪਹਿਲੇ ਕਿਹਾ ਜਾਂਦਾ ਸੀ ਕਿ ਰਾਵੀ ਤੇ ਨੀਲੀ ਦੋ ਅਲੱਗ ਅਲੱਗ ਨਸਲਾਂ ਨੇ, ਲੇਕਿਨ ਹੁਣ ਤਹਿਕੀਕ ਨੇ ਸਾਬਤ ਕੀਤਾ ਕਿ ਇੱਕ ਹੀ ਨਸਲ ਹੈ। ਅੱਛਾ ਅੱਛਾ, ਅਗਰ ਸਾਹੀਵਾਲ ਹੋਵੇ ਤੇ 20 ਕਿਲੋ ਦੁੱਧ 22 ਕਿਲੋ ਦੇ ਵਿੱਚ। ਸਾਹੀਵਾਲ ਦੇਸੀ ਤੋਂ ਜ਼ਿਆਦਾ ਦਿੰਦੀ ਹੈ। ਤੁਹਾਨੂੰ ਸਭ ਤੋਂ ਜ਼ਿਆਦਾ ਸਵਾਦ ਕਿਹੜੀ ਨਸਲ ਰੱਖਣ ਚ ਆਇਆ? ਸਾਨੂੰ ਜੀ ਵਲੈਤੀ ਤੇ ਸਾਹੀਵਾਲ। ਲਓ ਜੀ, ਅਸੀਂ ਇਸ ਵੇਲੇ ਖੜ੍ਹੇ ਹਾਂ ਚੱਕ ਨੰਬਰ 64 GB ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ, ਪੁਰਾਣਾ ਲੈਲਪੁਰ, ਅਤੇ ਭਾਈ ਜ਼ੁਲਫਕਾਰ ਗੁੱਜਰ ਸਾਹਿਬ ਦੇ ਫਾਰਮ 'ਤੇ ਅਸੀਂ ਮੌਜੂਦ ਹਾਂ, ਜਿਨ੍ਹਾਂ ਦੇ ਭਾਈ ਚੇਅਰਮੈਨ ਵੀ ਨੇ ਇੱਥੇ, ਚੌਧਰੀ ਅਰਸ਼ਦ ਗੁੱਜਰ। ਅਤੇ ਇਹਨਾਂ ਬਾਰੋਂ ਨਾਲੇ ਤਾਂ ਇਹਨਾਂ ਦਾ ਇੱਥੇ ਪੰਜਾਬ ਜਿਹੜਾ ਸਾਡਾ ਲਹਿੰਦਾ ਪੰਜਾਬ ਹੈ, ਪਾਕਿਸਤਾਨੀ ਪੰਜਾਬ ਹੈ, ਇਹਦੀ ਝਲਕ ਦੇਖਦੇ ਹਾਂ। ਇੱਥੋਂ ਦਾ ਫਾਰਮ ਹਾਊਸ ਇਹਨਾਂ ਨੇ ਬਣਾਇਆ। ਭਾਈ ਜ਼ੁਲਫਕਾਰ ਗੁੱਜਰ ਸਾਨੂੰ ਇਹ ਦੱਸਣਗੇ ਕਿ ਪਿੰਡ ਜਿਹੜਾ 64 ਹੈ, 64 GB, ਇਹ ਕਿੰਨਾ ਕੁ ਵੱਡਾ ਪਿੰਡ ਹੈ, ਕਿੰਨੀ ਜ਼ਮੀਨ ਹੈ ਇਹਦੀ? 63-64 ਮਰੱਬੇ। ਅੱਛਾ। ਹਾਂਜੀ, ਜ਼ਮੀਨ ਆ ਅਤੇ 1.5 ਮਰੱਬੇ ਦੇ ਵਿੱਚ ਪਿੰਡ ਵਾ। ਅੱਛਾ। ਹਾਂਜੀ, ਕਿਉਂਕਿ ਨਾਲ ਆਬਾਦੀ ਪਾ ਕੇ। ਠੀਕ ਹੈ, ਠੀਕ ਹੈ। ਇੱਥੇ ਹੁਣ ਕਿਹੜੀ ਕਿਹੜੀ ਬਰਾਦਰੀਆਂ ਬੈਠੀਆਂ ਨੇ? ਇੱਥੇ ਸਾਰਾ ਅਸਰੀਅਤ ਜ਼ਿਆਦਾ ਗੁਜਰਾਂ ਦੀ ਹੈ। ਗੁਜਰਾਂ ਦੀ ਹੈ। ਹਾਂਜੀ, ਅਤੇ ਗੁਜਰ ਮਹਾਜਰ ਨੇ। ਹਾਂਜੀ। ਕਿਹੜੇ ਜ਼ਿਲ੍ਹੇ ਦੇ? ਮੁਖਤਲਿਫ ਜ਼ਿਲ੍ਹਿਆਂ ਦੇ ਆ। ਸਾਡਾ ਜ਼ਿਲ੍ਹਾ ਜਿਹੜਾ ਲੁਧਿਆਣਾ ਵਾ, ਪਿੰਡ ਆਲੀਆਲ। ਅੱਛਾ, ਆਲੀਆਲ ਦੇ ਹੋ ਤੁਸੀਂ? ਹਾਂਜੀ, ਲੁਧਿਆਣਾ ਵਿੱਚ। ਲੁਧਿਆਣਾ ਵਿੱਚ। ਅੱਛਾ, ਹੋਰ? ਅਤੇ ਬਾਕੀ ਇੱਥੇ ਮੁਖਤਲਿਫ ਪਿੰਡਾਂ ਦੇ ਪਿੱਛੋਂ ਜਿਹੜੇ ਬੰਦੇ ਬੈਠੇ ਆ, ਜੱਟ ਬਰਾਦਰੀ ਵੀ, ਉਹਨਾਂ ਦੀ ਵੀ ਅਸਰੀਅਤ ਠੀਕ ਆ। ਕਿਹੜੇ ਜੱਟ ਬੈਠੇ ਆ ਇੱਥੇ? ਗਿੱਲ, ਵੜੈਚ, ਇੱਦਾਂ। ਅੱਛਾ ਅੱਛਾ, ਹਾਂਜੀ, ਠੀਕ ਹੈ। ਅਤੇ ਅਕਸਰੀਅਤ ਗੁਜਰਾਂ ਦੀ ਹੈ? ਹਾਂ, ਗੁਜਰਾਂ ਦੀ, ਜੱਟਾਂ ਦੀ, ਅਤੇ ਬਾਕੀ ਰਾਣੇ ਵੀ ਬੈਠੇ ਆ, ਰਾਜਪੂਤ। ਰਾਜਪੂਤ, ਠੀਕ ਹੈ। ਫੈਮਲੀਆਂ। ਸਾਨੂੰ ਤੁਸੀਂ ਆਪਣਾ ਫਾਰਮ ਹਾਊਸ ਤੇ ਦਿਖਾਓ, ਬੜਾ ਮਜ਼ਾ ਆ ਰਿਹਾ ਦੇਖ ਕੇ। ਬੜਾ ਨਵੀਂ ਜੀ ਕਿਸਮ ਦਾ ਬਣਾਇਆ। ਇਹ ਵੱਛੇ ਰੱਖੇ ਆ? ਵੱਛੇ ਜੀ ਰੱਖੇ ਆ, ਵੱਛੇ। ਇਹ ਕਿਹੜੀ ਨਸਲ ਦੇ ਆ? ਇਹ ਨਸਲ ਆ ਜੀ ਸਾਹੀਵਾਲ। ਸਾਹੀਵਾਲ ਦੇ? ਤੇ ਵਿੱਚ ਆ ਤਲਾਗੰਗ ਦੇ। ਇਹ ਤਲਾਗੰਗ ਨਸਲ ਹੈ? ਹਾਂ ਜੀ, ਤਲਾਗੰਗ ਰਾਵਲਪਿੰਡੀ ਸਾਈਡ ਤੇ ਆ ਜੀ। ਸਾਰੇ ਖੀਰੇ ਵੱਛੇ ਆ? ਖੀਰੇ ਆ, ਖੀਰੇ। ਇਹਨੂੰ ਤੁਸੀਂ ਕਦੋਂ ਵੇਚੋਗੇ ਹੁਣ? ਇਹਨੂੰ ਕੁਰਬਾਨੀ ਦੇ। ਅੱਛਾ, ਈਦ ਏ ਕੁਰਬਾਨੀ ਜਿਹੜੀ ਹੈ, ਕੁਰਬਾਨੀ ਵਾਲੀ ਈਦ, ਉਦੋਂ ਤੁਸੀਂ ਇਹ ਵੇਚੋਗੇ? ਵੇਚੋਗੇ, ਹਾਂ ਜੀ। ਠੀਕ ਹੈ, ਤੇ ਕਿੰਨੇ ਕੁ ਦਾ ਇੱਕ ਨਿਕਲ ਜਾਂਦਾ ਹੈ? ਨਿਕਲ ਜਾਂਦਾ ਜੀ ਕੋਈ 2-3 ਲੱਖ ਰੁਪਈਆ। 2-3 ਲੱਖ ਰੁਪਈਆ ਦੇ ਜਾਂਦਾ ਇੱਕ ਵੱਛਾ? ਹਾਂ ਜੀ। ਚਲੋ, ਮਾਸ਼ਾਅੱਲਾ ਜੀ। ਬਾਕੀ ਸਾਨੂੰ ਦਿਖਾਓ ਜ਼ਰਾ ਆਪਣਾ ਹਵੇਲੀ। ਅੱਛਾ ਜੀ, ਉੱਧਰ ਕਿਹੜੇ? ਉਹ ਵੀ ਸਾਹੀਵਾਲ। ਇਹ ਸਾਹੀਵਾਲ ਨਸਲ ਹੈ ਜੀ? ਹਾਂ ਜੀ, ਸਾਹੀਵਾਲ ਜੀ। ਅੱਛਾ, ਇਹ ਜੀ ਸਾਹੀਵਾਲ ਨਸਲ। ਕਾਦੀ ਛੱਤ ਤਾਂ ਬੜਾ ਇਹਨਾਂ ਦਾ, ਬੈਠ ਕੇ ਆਂਦਾ? ਹਾਂ ਜੀ, ਖੀਰੇ ਆ, ਸਾਰੇ ਖੀਰੇ। ਖੀਰੇ ਆ, ਖੀਰੇ। ਅੱਛਾ, ਸਾਹੀਵਾਲ ਨਸਲ ਦੀ ਪਹਿਚਾਣ ਕਿਹਨਾਂ ਤੋਂ ਹੁੰਦੀ? ਕਿਵੇਂ ਪਤਾ ਲੱਗੇਗਾ ਵੀ ਇਹ ਸਾਹੀਵਾਲ ਨਸਲ ਦਾ ਜਾਨਵਰ ਹੈ? ਇਹ ਜਿਹੜਾ ਸਰ ਆਹ ਬੱਚਾ ਖੜਾ ਸਾਹਮਣੇ ਜੀ, ਹਾਂ, ਇਹ ਵੀ ਸਾਹੀਵਾਲ ਆ, ਆ ਵੀ ਸਾਹੀਵਾਲ ਆ ਜਿਹੜਾ ਦੂਸਰਾ ਖੜਾ ਨਾਲ। ਅਗਰ ਤੁਸੀਂ ਕਿਧਰੇ ਖਰੀਦਣ ਜਾਂਦੇ ਹੋ ਤੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਸਾਹੀਵਾਲ ਨਸਲ ਦਾ ਬੱਚਾ ਹੈ? ਇੱਕ ਤਾਂ ਮੈਂ ਦੱਸਾਂ, ਇੱਕ ਤਾਂ ਸਰ ਇਹਨਾਂ ਦੇ ਧੁਨ ਕਿਹੜਾ ਸਾਹੀਵਾਲ ਨਸਲ ਹੈ ਨਾ ਸਰ, ਇਹਦਾ ਧੁਨ ਕਿਹੜਾ ਉਹ ਲੰਮਾ ਹੋਵੇਗਾ। ਇਹ ਧੁਨ ਜਿਹੜਾ ਦਾ ਧੁਨ ਜਿਹੜਾ ਜੀ ਤੇ ਇਹ ਚਾਲਰ। ਹਾਂਜੀ, ਚਾਲਰ ਜਿਹੜੀ, ਚਾਲਰ ਤੇ ਦੂਸਰਾ ਰੰਗ ਕਿਹੜਾ ਇਹਨਾਂ ਦਾ, ਹਲਕਾ ਜਿਹਾ ਸੁਰਖ, ਹਲਕਾ ਜਿਹਾ ਬਲੈਕ ਹੋਏਗਾ। ਹਾਂਜੀ, ਇਹ ਹੋਏਗਾ ਤੇ ਉਹ ਸਾਹੀਵਾਲ ਨਸਲ। ਅੱਛਾ, ਸਾਹੀਵਾਲ ਨਸਲ ਦੀਆਂ ਨਿਸ਼ਾਨੀਆਂ? ਹਾਂਜੀ, ਠੀਕ ਹੈ ਜੀ। ਹੋਰ ਜਿਹੜਾ ਲਾਲ ਸਾਰਾ ਹੁੰਦਾ ਉਹ ਸਾਹੀਵਾਲ ਨਹੀਂ ਹੁੰਦਾ, ਇਹ ਅਸਲ ਪਿਓਰ ਸਾਹੀਵਾਲ। ਅੱਛਾ, ਅਸਲ ਸਾਹੀਵਾਲ ਇਹ ਰੰਗ ਹੈ? ਹਾਂਜੀ, ਇਹ ਪਿਓਰ ਸਾਹੀਵਾਲ। ਇਹਦੇ ਵਿੱਚ ਰਲਾ ਹੈ, ਕ੍ਰਾਸ ਬਰੀਡ ਹੈ, ਠੀਕ ਹੈ ਜੀ। ਔਰ ਇਹਦੇ ਵਿੱਚ ਵੀ ਸਾਹੀਵਾਲ ਨਸਲ ਦਾ ਇਹ ਹੀ ਜਾਨਵਰ ਲੱਗ ਗਿਆ ਸਾਹੀਵਾਲ। ਬਾਕੀ ਹੈ ਤਲਾਗੰਗ ਪਿੰਡੀ ਸਾਈਡ ਤੇ, ਇਹ ਬਾਕੀ ਤਲਾਗੰਗ ਪਿੰਡੀ ਸਾਈਡ ਦੇ ਵਿੱਚ ਆ, ਠੀਕ ਹੈ ਜੀ। ਆ ਜਾਓ, ਅੱਗੇ ਚੱਲੀਏ।
ਅੱਛਾ ਭਾਅ ਜੀ, ਗਾਵਾਂ ਇਹ ਕਿਹੜੀ ਨਸਲ ਦੀਆਂ ਨੇ? ਇਹ ਵਲੈਤੀ ਹੈ ਜੀ, ਵਲੈਤੀ ਗਾਵਾਂ। ਆਸਟ੍ਰੇਲੀਅਨ? ਆਸਟ੍ਰੇਲੀਅਨ ਉਹ ਖੜੀ ਆਸਟ੍ਰੇਲੀਅਨ ਵੀ ਆ। ਇਹ ਜਿਹੜੀ ਆ ਇਹ ਰਲੀ ਹੋਈ ਆ ਸਾਹੀਵਾਲ ਅਤੇ ਦੇਸੀ। ਵਲੈਤੀ ਅਤੇ ਸਾਹੀਵਾਲ ਰਲੀ ਆ, ਠੀਕ ਹੈ। ਅਤੇ ਆਸਟ੍ਰੇਲੀਅਨ ਕਿਹੜੀ ਹੈ? ਉਹ ਜਿਹੜੀ ਆ ਆਸਟ੍ਰੇਲੀਅਨ ਖੜੀ ਆ ਕਾਲੀ ਡੱਬੀ। ਅੱਛਾ, ਇਹ ਡੱਬੀ ਆਸਟ੍ਰੇਲੀਅਨ ਹੈ, ਬਾਕੀ ਸਾਰੀਆਂ ਇਹ ਲੋਕਲ ਨਸਲ ਹੀ ਹੈ? ਇਹਦੇ ਵਿੱਚ ਵੀ ਬਰੀਡ ਹੈ ਵੈਸੇ, ਵਲੈਤੀ ਨਸਲ ਦੀ? ਇਹਨਾਂ ਦੋਨਾਂ 'ਚ ਹੈ ਜੀ, ਜਰਸੀ ਫਰੇਜ਼ੀਅਨ, ਠੀਕ ਹੈ। ਮੱਝਾਂ ਤੋਂ ਜ਼ਿਆਦਾਤਰ ਰਾਵੀ ਨੀਲੀ? ਹਾਂਜੀ ਰਾਵੀ ਸਾਡੀ ਜਿਹੜੀ ਮਸ਼ਹੂਰ ਇੱਕ ਹੈ। ਪਹਿਲੇ ਕਿਹਾ ਜਾਂਦਾ ਸੀ ਕਿ ਰਾਵੀ ਅਤੇ ਨੀਲੀ ਦੋ ਅਲੱਗ ਅਲੱਗ ਨਸਲਾਂ ਨੇ, ਲੇਕਿਨ ਹੁਣ ਤਹਿਕੀਕ ਨੇ ਸਾਬਤ ਕੀਤਾ ਕਿ ਇੱਕ ਹੀ ਨਸਲ ਹੈ। ਨਸਲਾਂ ਉੱਧਰੋਂ ਇੱਧਰ ਆ ਗਈਆਂ ਨਾ ਜੀ ਜੀ। ਔਰ ਮੱਝਾਂ ਵਿੱਚ ਜਿਹੜੀ ਰਾਵੀ ਨੀਲੀ ਬਰੀਡ ਹੈ ਇਹ ਸਭ ਤੋਂ ਬੈਸਟ ਮੰਨੀ ਗਈ ਹੈ। ਉਹ ਸਾਰਾ ਇਸ ਕਰਕੇ ਨਾ ਕਿ ਰਾਵੀ ਦਾ ਪਾਣੀ ਬਹੁਤ ਅੱਛਾ ਵਾ ਜੀ ਜੀ, ਇਸ ਕਰਕੇ ਜਿਹੜੀ ਜਾਨਵਰ ਬੰਦੇ ਪਾਣੀ ਦੀ ਵਜ੍ਹਾ ਤੋਂ ਬਹੁਤ ਫਰਕ ਆ ਜੀ। ਫਰਕ ਹੈ, ਸਿਹਤ ਦਾ ਫਰਕ ਹੈ, ਫਰਕ ਆ ਜੀ, ਨਸਲ ਦਾ ਫਰਕ ਆ, ਨਸਲ ਦਾ, ਬਿਲਕੁਲ ਬਿਲਕੁਲ ਇਸੇ ਤਰ੍ਹਾਂ। ਚਲੋ ਜੀ, ਚੌਂਟ 'ਚ ਆ ਕੇ ਸਾਨੂੰ ਇਹ ਵੀ ਮੌਕਾ ਮਿਲਿਆ ਕਿ ਅੱਛਾ ਫਾਰਮ ਦੇਖੀਏ ਮੱਝਾਂ ਦਾ। ਔਰ ਜਿੱਥੇ ਵੀ ਗੁੱਜਰ ਹੋਣਗੇ ਉੱਥੇ ਇੱਕ ਗੱਲ ਯਕੀਨੀ ਹੈ ਕਿ ਅੱਛੀ ਮੱਝਾਂ ਤੁਹਾਨੂੰ ਜ਼ਰੂਰ ਮਿਲਣਗੀਆਂ, ਅੱਛੀਆਂ ਮੱਝਾਂ ਗਾਵਾਂ ਜ਼ਰੂਰ ਮਿਲਣਗੀਆਂ ਤੁਹਾਨੂੰ। ਲਓ ਜੀ ਭਾਅ ਜੀ, ਦੇਖੋ ਲਾਈਵ ਮੰਜ਼ਰ ਗਾਂ ਦੀ ਚੁਆਈ ਦਾ। ਇਹ ਮੰਜ਼ਰ ਉਹ ਲੋਕ ਜਿਹੜੇ ਹੁਣ ਮੁਲਕ ਤੋਂ ਬਾਹਰ ਆ, ਪੰਜਾਬ ਤੋਂ ਬਾਹਰ ਆ, ਉਹਨਾਂ ਨੂੰ ਵੇਖਣ ਨੂੰ ਘੱਟ ਮਿਲਦੇ ਆ। ਇਹ ਗਾਂ ਜੀ 14 ਕਿਲੋ ਦੁੱਧ ਦੇ ਰਹੀ। 14 ਕਿਲੋ ਦੁੱਧ ਦਿੰਦੀ ਹੈ ਜੀ? ਵਾਹ ਜੀ ਵਾਹ, ਦੇਸੀ ਗਾਂ ਵਾ। ਦੇਸੀ ਗਾਂ, ਚੋਲਿਸਤਾਨੀ ਨਸਲ? ਚੋਲਿਸਤਾਨੀ ਦੇਸੀ ਨਸਲ। ਅੱਛਾ ਅੱਛਾ, ਅਗਰ ਸਾਹੀਵਾਲ ਹੋਵੇ ਤੇ 20 ਕਿਲੋ ਦੁੱਧ, 22 ਕਿਲੋ ਦੇਵੇ। ਸਾਹੀਵਾਲ ਦੇਸੀ ਤੋਂ ਜ਼ਿਆਦਾ ਦਿੰਦੀ ਹੈ? 20-22 ਕਿਲੋ। ਵੈਰੀ ਗੁੱਡ ਜੀ। ਆਸਟ੍ਰੇਲੀਆ ਜਿਹੜੀ ਉਹ ਵੀ ਇਸੇ ਤਰ੍ਹਾਂ ਹੀ, ਆਸਟ੍ਰੇਲੀਆ ਨਸਲ ਵੀ? ਹਾਂਜੀ ਬਿਲਕੁਲ ਠੀਕ ਹੈ, ਉਹ ਵੀ ਜ਼ਿਆਦਾ ਦੁੱਧ ਦਿੰਦੀ ਆ, 25 ਕਿਲੋ 20 ਕਿਲੋ ਦਿੰਦੀ ਆ, ਠੀਕ ਹੈ। ਜਿਹੜੀਆਂ ਵਲੈਤੀ ਆ ਇਹ ਵੀ 10-15 ਕਿਲੋ ਦੇ ਦਿੰਦੀਆਂ। ਸਹੀ ਹੈ। ਤੁਹਾਨੂੰ ਸਭ ਤੋਂ ਜ਼ਿਆਦਾ ਸਵਾਦ ਕਿਹੜੀ ਨਸਲ ਰੱਖਣ 'ਚ ਆਇਆ? ਸਾਨੂੰ ਜੀ ਵਲੈਤੀ ਅਤੇ ਸਾਹੀਵਾਲ। ਵਲੈਤੀ ਅਤੇ ਸਾਹੀਵਾਲ? ਸਾਹੀਵਾਲ, ਸਹੀ ਹੈ। ਸਾਹੀਵਾਲ ਦੇ ਕੀ ਫਾਇਦੇ ਤੁਸੀਂ ਸਮਝਦੇ ਹੋ? ਸਾਹੀਵਾਲ ਗਾਂ ਜਿਹੜੀ ਨਾ ਉਹ ਅਸੀਲ ਆ, ਅਸੀਲ ਆ, ਹਾਂਜੀ, ਕੌੜੀ ਨਹੀਂ, ਕੌੜੀ ਨਹੀਂ, ਦੁੱਧ ਦੇਰ ਤੱਕ ਦਿੰਦੀ ਰਹਿੰਦੀ ਹੈ। ਵਲੈਤੀ ਜਿਹੜੀ ਉਹ ਗਰਮੀ ਮਹਿਸੂਸ ਕਰਦੀ ਹੈ, ਆਸਟ੍ਰੇਲੀਆ ਵੀ ਗਰਮੀ ਮਹਿਸੂਸ ਕਰਦੀ ਹੈ, ਸਾਹੀਵਾਲ ਜਿਹੜੀ ਹੈ ਗਰਮੀ ਨਹੀਂ ਮਹਿਸੂਸ ਕਰਦੀ, ਠੀਕ ਹੈ, ਹਾਂਜੀ। ਤੇ ਸੂਆ ਜਲਦੀ ਫੇਰਾ ਕਿਹੜੀ ਨਸਲ ਦਾ ਹੈ? ਸਾਹੀਵਾਲ ਦਾ ਜੀ। ਸਾਹੀਵਾਲ ਜਲਦੀ ਸੁਣਦੀ ਹੈ, ਹਾਂਜੀ, ਚੱਕਰ ਆਪਣਾ ਜਲਦੀ ਕੰਪਲੀਟ ਕਰਦੀ ਹੈ। ਜ਼ਬਰਦਸਤੀ ਮੰਜਾ ਤਾਂ ਬਹੁਤ ਵੱਡਾ ਬਣਾਇਆ ਜੀ, ਇਹ ਤਾਂ ਮੇਰੇ ਖਿਆਲ 5-6 ਬੰਦੇ ਸੌ ਸਕਦੇ ਨੇ।